ਕੈਨੇਡਾ ਵਿੱਚ ਗੁਰਦੁਆਰਿਆਂ ਦੀਆਂ ਗੋਲਕਾਂ ਦਾ ਵੱਡਾ ਹਿੱਸਾ ਵਕੀਲਾਂ ਦੀ ਫੀਸ ਦੇ ਲੇਖੇ ਲੱਗ ਰਿਹਾ। ਬਹੁਤ ਘੱਟ ਗੁਰਦੁਆਰਾ ਕਮੇਟੀਆਂ ਹਨ ਜਿਨ੍ਹਾਂ ਨੂੰ ਅਦਾਲਤੀ ਕੇਸਾਂ ਦਾ ਸਾਹਮਣਾ ਨਾ ਕਰਨਾ ਪੈ ਰਿਹਾ ਹੋਵੇ। ਬਹੁਤੇ ਮਾਮਲੇ ਕਮੇਟੀਆਂ 'ਚ ਅਹੁਦਿਆਂ ਅਤੇ ਹੱਕ ਨੂੰ ਲੈ ਕੇ ਚੱਲਦੇ ਨੇ। ਕਿਤੇ ਚੋਣ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਅਤੇ ਕਿਤੇ ਮੈਂਬਰਸ਼ਿਪ ਜਾਂ ਵੋਟਰਾਂ ਉੱਤੇ ਇਤਰਾਜ਼ ਉਠਾ ਕੇ ਅਦਾਲਤ ਦਾ ਸਹਾਰਾ ਲਿਆ ਜਾਂਦਾ। ਚੜਾਵੇ ਦਾ ਵੱਡਾ ਹਿੱਸਾ ਵਕੀਲਾਂ ਦੀਆਂ ਫੀਸਾਂ ਲੇਖੇ ਲੱਗਣ ਕਾਰਨ ਅਜਿਹੇ ਗੁਰਦੁਆਰਿਆਂ ਦੀਆਂ ਇਮਾਰਤਾਂ ਬੈਂਕਾਂ ਕੋਲ ਗਹਿਣੇ ਨੇ। ਇਹੀ ਕਾਰਨ ਹੈ ਕਿ ਨਿੱਜੀ ਮਾਲਕੀ ਵਾਲੇ ਗੁਰਦੁਆਰਿਆਂ ਦੀ ਗਿਣਤੀ ਕੈਨੇਡਾ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਇੱਕ ਅਨੁਮਾਨ ਅਨੁਸਾਰ ਕੈਨੇਡਾ 'ਚ ਹੀ ਸਥਾਪਿਤ ਅਜਿਹੇ ਗੁਰਦੁਆਰਿਆਂ ਦੀ ਗਿਣਤੀ ਲਗਭਗ 200 ਦੇ ਕਰੀਬ ਹੈ। ਜ਼ਿਆਦਾਤਰ ਗੁਰਦੁਆਰੇ ਨਿੱਜੀ ਸੰਪੱਤੀ ਨੇ ਅਤੇ ਇਸੇ ਕਰਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਬਜਾਏ ਵਪਾਰਕ ਸੋਚ ਭਾਰੂ ਹੋ ਰਹੀ ਹੈ। ਕੈਨੇਡਾ 'ਚ ਸਭ ਤੋਂ ਪਹਿਲਾਂ ਗੁਰੂ ਘਰ ਪਿਛਲੀ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਵੈਨਕੂਵਰ 'ਚ ਸਥਾਪਿਤ ਹੋਇਆ ਸੀ। ਇਸ ਗੁਰਦੁਆਰੇ ਦੇ ਪ੍ਰਬੰਧ ਉੱਤੇ ਕਬਜ਼ੇ ਨਾਲ ਸੰਬੰਧਿਤ ਕੁਝ ਕੇਸ ਹਾਲੇ ਵੀ ਅਦਾਲਤ 'ਚ ਨੇ। ਐਬਸਫੋਰਡ ਦੇ ਕਈ ਦਹਾਕੇ ਪੁਰਾਣੇ ਗੁਰਦੁਆਰਾ ਸਾਹਿਬ ਦੀ ਚੁਣੀ ਹੋਈ ਕਮੇਟੀ ਵੀ ਅਦਾਲਤੀ ਕੇਸਾਂ ਦਾ ਸਾਹਮਣਾ ਕਰ ਰਹੀ ਹੈ। ਲੋੜ ਹੈ ਕਿ ਸੰਗਤ ਦੇ ਦਸਵੰਧ ਨੂੰ ਢੁਕਵੇਂ ਥਾਵਾਂ 'ਤੇ ਖਰਚ ਕਰਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ 'ਤੇ ਜ਼ੋਰ ਦਿੱਤਾ ਜਾਵੇ।